ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਸ ਗਲੀ ਦੇ ਵਿੱਚ ਇੱਕ ਹਾਦਸਾ ਹੋਵੇਗਾ। ਆਪਣੀ ਰਫ਼ਤਾਰ ਦੇ ਨਾਲ ਇੱਕ ਕਾਰ ਇਸ ਗਲੀ ਦੇ ਵਿੱਚੋਂ ਲੰਘ ਰਹੀ ਹੈ ਤਾਂ ਦੂਜੀ ਗਲੀ ਦੇ ਵਿੱਚੋਂ ਸਕੂਟੀ ਤੇ ਸਵਾਰ ਛੋਟੀ ਉਮਰ ਦੇ ਜਵਾਕ ਆ ਰਹੇ ਨੇ ਜਿਨ੍ਹਾਂ ਦੀ ਇਸ ਕਾਰ ਦੇ ਨਾਲ ਟੱਕਰ ਹੋਈ ਤਾਂ ਇਹ ਕਾਰ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧੀ ਔਰ ਸਕੂਟੀ ਸਵਾਰ ਇਹ ਜਵਾਕ ਜ਼ਮੀਨ ਤੇ ਡਿੱਗ ਪਏ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਜਵਾਕ ਜ਼ਮੀਨ ਤੋਂ ਉੱਠੇ ਫਿਰ ਸਕੂਟੀ ਤੇ ਸਵਾਰ ਹੋ ਕੇ ਚਲੇ ਗਏ। ਤਾਂ ਦੱਸ ਦਈਏ ਕਿ ਹਾਦਸਾ ਹੋਇਆ ਗਲੀ ਦੇ ਵਿੱਚੋਂ ਇੱਕ ਕਾਰ ਲੰਘ ਰਹੀ ਸੀ ਤਾਂ ਇੱਕਦਮ ਤਾਂ ਦੂਸਰੀ ਗਲੀ ਦੇ ਵਿੱਚੋਂ ਸਕੂਟੀ ਸਵਾਰ ਆਏ ਜਿਨ੍ਹਾਂ ਨੇ ਬਿਨਾਂ ਹੌਲੀ ਕੀਤਿਆਂ ਆਪਣੀ ਬਾਈਕ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧਾਈ ਔਰ ਇਹਨਾਂ ਦੀ ਸਿੱਧੀ ਟੱਕਰ ਆ ਜਿਹੜੀ ਉਹ ਕਾਰ ਦੇ ਨਾਲ ਹੋਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਛੋਟੀ ਉਮਰ ਦੇ ਜਵਾਕ ਆਪਣੇ ਆਪ ਉੱਠੇ ਤੇ ਇੱਥੋਂ ਚਲੇ ਗਏ। ਗਲੀ ਦੇ ਵਿੱਚੋਂ ਦੋ ਸਕੂਟੀ ਸਵਾਰ ਆ ਰਹੇ ਸੀ ਤਾਂ ਜਿਹੜਾ ਅੱਗੇ ਸਕੂਟੀ ਤੇ ਆ ਰਹੇ ਸੀ ਤਾਂ ਉਸਦੇ ਵੱਲੋਂ ਬਿਨਾਂ ਦੇਖੇ ਇਸ ਗਲੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਲੀ ਦੇ ਵਿੱਚੋਂ ਆਪਣੀ ਰਫ਼ਤਾਰ ਦੇ ਨਾਲ ਲੰਘ ਰਹੀ ਕਾਰ ਦੇ ਨਾਲ ਇਹਨਾਂ ਦੀ ਟੱਕਰ ਹੋ ਗਈ ਔਰ ਉਸ ਤੋਂ ਬਾਅਦ ਇਹ ਦੋ ਜਾਣੇ ਆਪਣੇ ਆਪ ਖੜੇ ਹੋਏ ਤੇ ਸਕੂਟੀ ਲੈ ਕੇ ਇੱਥੋਂ ਚਲੇ ਗਏ। ਇਹ ਤਸਵੀਰਾਂ ਮੰਡੀ ਗੋਬਿੰਦਗੜ੍ਹ ਦੀਆਂ ਨੇ ਜਿੱਥੇ ਇਹ ਗਲੀ ਦੇ ਵਿੱਚ ਹਾਦਸਾ ਹੋਇਆ ਤਾਂ ਗਲੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਲੋਕ ਤੇਜ਼ ਰਫ਼ਤਾਰ ਦੇ ਨਾਲ ਆਪਣੇ ਵਾਹਨ ਭਜਾਉਂਦੇ ਨੇ ਤਾਂ ਉਹਨਾਂ ਲਈ ਇਹ ਖਬਰ ਦੇਖਣੀ ਬੜੀ ਲਾਜ਼ਮੀ ਹੈ ਕਿ ਇਸ ਤਰੀਕੇ ਦੇ ਨਾਲ ਛੋਟੀ ਜਿਹੀ ਅਣਗਹਿਲੀ ਦੇ ਨਾਲ ਵੱਡੇ ਹਾਦਸੇ ਹੋ ਜਾਂਦੇ ਨੇ। ਬਿਨਾਂ ਅੱਗੇ ਪਿੱਛੇ ਮੂਹਰੇ ਦੇਖਿਆਂ ਇਸ ਤਰੀਕੇ ਦੇ ਨਾਲ ਜੋ ਡਰਾਈਵ ਕਰਦੇ ਨੇ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋ ਜਾਂਦੇ ਨੇ। ਤਾਂ ਮੰਡੀ ਗੋਬਿੰਦਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ। ਇਹਨਾਂ ਤਸਵੀਰਾਂ ਨੂੰ ਜ਼ਰਾ ਗੌਰ ਦੇ ਨਾਲ ਦੇਖੋ। ਇਸ ਗਲੀ ਦੇ ਵਿੱਚ ਇੱਕ ਹਾਦਸਾ ਹੋਵੇਗਾ। ਆਪਣੀ ਰਫ਼ਤਾਰ ਦੇ ਨਾਲ ਇੱਕ ਕਾਰ ਇਸ ਗਲੀ ਦੇ ਵਿੱਚੋਂ ਲੰਘ ਰਹੀ ਹੈ ਤਾਂ ਦੂਜੀ ਗਲੀ ਦੇ ਵਿੱਚੋਂ ਸਕੂਟੀ ਤੇ ਸਵਾਰ ਛੋਟੀ ਉਮਰ ਦੇ ਜਵਾਕ ਆ ਰਹੇ ਨੇ ਜਿਨ੍ਹਾਂ ਦੀ ਇਸ ਕਾਰ ਦੇ ਨਾਲ ਟੱਕਰ ਹੋਈ ਤਾਂ ਇਹ ਕਾਰ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧੀ ਔਰ ਸਕੂਟੀ ਸਵਾਰ ਇਹ ਜਵਾਕ ਜ਼ਮੀਨ ਤੇ ਡਿੱਗ ਪਏ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਜਵਾਕ ਜ਼ਮੀਨ ਤੋਂ ਉੱਠੇ ਫਿਰ ਸਕੂਟੀ ਤੇ ਸਵਾਰ ਹੋ ਕੇ ਚਲੇ ਗਏ। ਤਾਂ ਦੱਸ ਦਈਏ ਕਿ ਹਾਦਸਾ ਹੋਇਆ ਗਲੀ ਦੇ ਵਿੱਚੋਂ ਇੱਕ ਕਾਰ ਲੰਘ ਰਹੀ ਸੀ ਤਾਂ ਇੱਕਦਮ ਤਾਂ ਦੂਸਰੀ ਗਲੀ ਦੇ ਵਿੱਚੋਂ ਸਕੂਟੀ ਸਵਾਰ ਆਏ ਜਿਨ੍ਹਾਂ ਨੇ ਬਿਨਾਂ ਹੌਲੀ ਕੀਤਿਆਂ ਆਪਣੀ ਬਾਈਕ ਆਪਣੀ ਰਫ਼ਤਾਰ ਦੇ ਨਾਲ ਅੱਗੇ ਵਧਾਈ ਔਰ ਇਹਨਾਂ ਦੀ ਸਿੱਧੀ ਟੱਕਰ ਆ ਜਿਹੜੀ ਉਹ ਕਾਰ ਦੇ ਨਾਲ ਹੋਈ। ਗਣੀਮਤ ਰਹੀ ਕਿ ਜਾਨੀ ਨੁਕਸਾਨ ਤੋਂ ਬਚਾ ਰਿਹਾ। ਇਹ ਛੋਟੀ ਉਮਰ ਦੇ ਜਵਾਕ ਆਪਣੇ ਆਪ ਉੱਠੇ ਤੇ ਇੱਥੋਂ ਚਲੇ ਗਏ। ਗਲੀ ਦੇ ਵਿੱਚੋਂ ਦੋ ਸਕੂਟੀ ਸਵਾਰ ਆ ਰਹੇ ਸੀ ਤਾਂ ਜਿਹੜਾ ਅੱਗੇ ਸਕੂਟੀ ਤੇ ਆ ਰਹੇ ਸੀ ਤਾਂ ਉਸਦੇ ਵੱਲੋਂ ਬਿਨਾਂ ਦੇਖੇ ਇਸ ਗਲੀ ਨੂੰ ਕ੍ਰੋਸ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗਲੀ ਦੇ ਵਿੱਚੋਂ ਆਪਣੀ ਰਫ਼ਤਾਰ ਦੇ ਨਾਲ ਲੰਘ ਰਹੀ ਕਾਰ ਦੇ ਨਾਲ ਇਹਨਾਂ ਦੀ ਟੱਕਰ ਹੋ ਗਈ ਔਰ ਉਸ ਤੋਂ ਬਾਅਦ ਇਹ ਦੋ ਜਾਣੇ ਆਪਣੇ ਆਪ ਖੜੇ ਹੋਏ ਤੇ ਸਕੂਟੀ ਲੈ ਕੇ ਇੱਥੋਂ ਚਲੇ ਗਏ। ਇਹ ਤਸਵੀਰਾਂ ਮੰਡੀ ਗੋਬਿੰਦਗੜ੍ਹ ਦੀਆਂ ਨੇ ਜਿੱਥੇ ਇਹ ਗਲੀ ਦੇ ਵਿੱਚ ਹਾਦਸਾ ਹੋਇਆ ਤਾਂ ਗਲੀਆਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਕੁਝ ਲੋਕ ਤੇਜ਼ ਰਫ਼ਤਾਰ ਦੇ ਨਾਲ ਆਪਣੇ ਵਾਹਨ ਭਜਾਉਂਦੇ ਨੇ ਤਾਂ ਉਹਨਾਂ ਲਈ ਇਹ ਖਬਰ ਦੇਖਣੀ ਬੜੀ ਲਾਜ਼ਮੀ ਹੈ ਕਿ ਇਸ ਤਰੀਕੇ ਦੇ ਨਾਲ ਛੋਟੀ ਜਿਹੀ ਅਣਗਹਿਲੀ ਦੇ ਨਾਲ ਵੱਡੇ ਹਾਦਸੇ ਹੋ ਜਾਂਦੇ ਨੇ। ਬਿਨਾਂ ਅੱਗੇ ਪਿੱਛੇ ਮੂਹਰੇ ਦੇਖਿਆਂ ਇਸ ਤਰੀਕੇ ਦੇ ਨਾਲ ਜੋ ਡਰਾਈਵ ਕਰਦੇ ਨੇ ਉਹਨਾਂ ਦੇ ਨਾਲ ਭਿਆਨਕ ਹਾਦਸੇ ਹੋ ਜਾਂਦੇ ਨੇ। ਤਾਂ ਮੰਡੀ ਗੋਬਿੰਦਗੜ੍ਹ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ।